ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਣੇ ਵਧੀਆ ਹੋਵੇ, ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਰੈਡੀ ਹੋ ਗਏ ਵੀ ਆਪਾਂ ਰੋਟੀ ਖਾਣੀ, ਰੋਟੀ ਦਾ ਕੰਮ ਨਿਕਲ ਜਾਣਾ ਅਤੇ ਕੱਲ੍ਹ ਆਪਾਂ ਭਰਤਗੜ੍ਹ ਕੰਮ ਖਤਮ ਕਰਿਆ ਅਤੇ ਅੱਜ ਆਪਾਂ ਨਾਲਾਗੜ੍ਹ ਜਾਣਾ। ਜਦ ਤੱਕ ਭਰਤਗੜ੍ਹ ਸਮਾਨ ਨਹੀਂ ਲਿਆਉਂਦਾ ਹੈਗਾ, ਜਦ ਤੱਕ ਆਪਾਂ ਨਾਲਾਗੜ੍ਹ ਲਾ ਲੈਂਦੇ 2 ਦਿਨ, 2 ਦਿਨ 3 ਦਿਨ ਜਿੰਨੇ ਕੁ ਦਿਨ ਲੱਗੇ, ਅਤੇ ਸਾਨੂੰ ਇਸੀ ਹਫ਼ਤੇ ਵਿਆਹ ਵੀ ਹੈਗਾ, ਪਤਾ ਨਹੀਂ 4-5 ਤੇ ਸ਼ੁਰੂ ਆ, ਪਤਾ ਨਹੀਂ ਕਦ ਤੇ ਸ਼ੁਰੂ ਆ, ਉਹ ਦੇਖ ਲੂੰਗੇ। ਅਤੇ ਬਾਕੀ ਰੋਟੀ ਖਾਂਦੇ ਆ, ਕੰਪਰ ਚੱਲਦੇ ਆ, ਕੰਪਰ ਜਾ ਕੇ ਮਿਲਦੇ ਆ, ਦੇਖਦੇ ਉੱਥੇ ਜਾ ਕੇ ਕਿਆ ਕੰਮ ਕਰਦੇ ਆ, ਕਿਆ ਚਾਲ ਚੱਲਦੀ ਕੰਮ ਦੀ ਉੱਥੇ। ਪੱਲੇ ਤਿਆਰ ਕਰਤੇ ਵੀ ਕਰਨੇ ਆ ਜੀ, ਉੱਪਰ ਨੂੰ ਚੱਕ ਆਉਂਦਾ ਚੱਕ ਜਾ। ਆ ਖਿੜਕੀਆਂ ਵਾਲੇ ਪੱਲੇ ਡਾਟ ਕੇ ਰੱਖੇ ਵੇ ਆ, ਇਹ ਵੀ ਟਕਾਨੇ ਆ, ਬਾਈ ਨੂੰ ਪੁੱਛਾ ਤੋ ਫੋਨ ਕਰਕੇ, ਕਹਿੰਦਾ ਕਬਜ਼ੇ ਗਾਲ ਲਓ ਇਹਨਾਂ ਦੇ, ਅਤੇ ਦੋ ਤਿੰਨ ਖਿੜਕੀਆਂ ਰਹਿੰਦੀ ਡੱਟਣੇ ਨੂੰ, ਬਾਕੀ ਡਾਟੀਆਂ ਮੈਂ ਕਬਜ਼ੇ ਗਾਲ ਕੇ, ਕਹਿੰਦਾ ਇਹਨੂੰ ਪੱਕੇ ਕਰ ਦਿਓ ਵੀ ਪੁਲਿਸ ਨਹੀਂ ਕਰਾਉਣੀ ਹੈਗੀ ਇਹਨਾਂ ਨੂੰ, ਪੱਗ ਬੰਦੀ ਲੱਕੜੀ ਇਹਨਾਂ ਨਹੀਂ ਪੁਲਿਸ ਹੁੰਦੀ ਇਹਨੂੰ, ਕਹਿੰਦਾ ਪੱਕੀਆਂ ਕਰ ਦਿਓ ਇਹਨੂੰ, ਫਿਟਿੰਗ ਫੁਟਿੰਗ ਲਾ ਦਿਓ ਜਿਹੜੀ ਲੱਗਣੀ ਹੈ, ਕਬਜ਼ੇ ਗਾਲ ਉਹਨਾਂ ਦੇ, ਇੱਧਰ ਕਬਜ਼ੇ ਗਾਲ ਲੈਂਦੇ, ਉਹਦੇ ਬਾਅਦ ਉੱਧਰ ਬਿੱਟ ਪੇਜ ਲਾ ਦਿੰਦੇ, ਕੰਮ ਇੱਦਾਂ ਹੀ ਪਿਆ ਸਾਰਾ ਜੀ। ਉਹਨਾਂ ਦੇ ਪੱਲੇ ਪੁੱਲੇ ਤਿਆਰ ਕਰਨ ਲੱਗੇ ਹੋਏ ਆ, ਆਹ ਵੀ ਪੱਲੇ ਤਿਆਰ ਹੋ ਗਏ ਬਾਥਰੂਮ ਵਾਲੇ, ਇਹਨਾਂ ਦੇ ਪੱਲੇ ਰਹਿੰਦੇ ਜੀ ਤਿਆਰ ਕਰਨੇ ਨੂੰ, ਬਸ ਥੋੜ੍ਹਾ ਜਿਹਾ ਕੰਮ ਰਹਿ ਗਿਆ ਇਹਨਾਂ ਦਾ ਕਾਬੋਰਡਾਂ ਦਾ, ਆਹ ਪੱਲੇ ਪੁੱਲੇ ਆ, ਫਿਰ ਉਹਦੇ ਬਾਅਦ ਇਹਨਾਂ ਦੇ ਲੋਕ ਲੱਗਣੇ ਆ, ਡਿਜ਼ਾਇਨ ਲੱਗੇ ਹੋਏ ਪਾਉਣ ਪੱਲਿਆਂ ਪਰ, ਆਪਾਂ ਖਿੜਕੀਆਂ ਫਿੱਟ ਕਰਦੇ ਆ। ਉਰੀ ਦੇ ਪੱਲੇ ਸ਼ੁਰੂ ਕਰ ਲੱਗੇ ਵੀ ਪਹਿਲਾਂ, ਪੱਲੇ ਡਟੇ ਵੇ ਆ ਇਹ, ਅਤੇ ਉਹ ਚੋਰਸੀ ਤਿੱਖੀ ਕਰੀ ਆ, ਖੁੰਡੀ ਗਰੀਬ ਦੀ ਫੈਵੀਕੋਲ ਲਾਇਆ ਤੁਹਾਨੂੰ, ਅਤੇ 4 ਇੰਚੀ ਕਬਜ਼ੇ ਲਾਣੇ ਇਹਨਾਂ ਨੂੰ, ਮਤਲਬ 4 ਇੰਚੀ ਦੇ ਲਾਣੇ ਆ, 3 ਕਬਜ਼ੇ ਲਾਣੇ ਇਹਨੂੰ, 4 ਇੰਚੀ ਦੇ, ਵੈਸੇ 3 ਇੰਚੀ ਦੇ ਲਾਇਆ ਕਰਦੇ 3 ਕਬਜ਼ੇ, ਚਲੋ ਕੋਈ ਨਹੀਂ, ਨਾਲੇ ਇਹਨੂੰ ਪੇਜ ਕਸ ਕੇ ਨਾ, ਕਬਜ਼ੇ ਗਾਲ ਕੇ ਨਾਲੇ ਉੱਧਰ ਲਾ ਦੇਣੇ ਬਿੱਟ ਪੇਜ ਆਪਾਂ ਨੇ ਇਹਨੂੰ, ਨਾਲੇ ਕੰਮ ਜਿਹਾ ਨਿਬੜੀ ਜਾਣਾ, ਫਿਟਿੰਗ ਲਾ ਦੇਵਾਂਗੇ ਬਾਅਦ 'ਚ ਇਹਨੂੰ, ਪੁੱਛ ਲਓ ਫਿਟਿੰਗ ਲਾਣੀ ਕਿ ਨਹੀਂ ਲਾਣੀ, ਕਿ ਬਾਅਦ 'ਚ ਲਾਣੀ ਹੈ, ਜੇ ਲਾਣੀ ਹੋਈ ਲਾ ਦੂੰਗੇ, ਨਹੀਂ ਤਾਂ ਫਿਰ ਛੱਡ ਦੂੰਗੇ ਇੱਦਾਂ ਹੀ, ਹੋਰ ਕੰਮ ਦੇਖੂੰਗੇ ਬਾਈ, ਅਸੀਂ ਹਿੱਸਾ ਪਹਿਲਾਂ ਹੀ ਪਾ ਗਏ ਹੋਏ ਆ, ਚਗਾੜਨ ਬੈਂਡ ਬੁੰਡ ਵੀ ਨਹੀਂ ਕਰਿਆ ਜੀ। ਹੁਣ ਨਹੀਂ ਦਿੰਦੇ, ਦੁਪਹਿਰ ਨੂੰ ਦੇ ਦਿੰਦੇ ਕੁਝ ਖਾਣੇ ਨੂੰ, ਕਿਆ ਕਹਿੰਦੇ ਖਾਣੇ ਨੂੰ ਦੇ ਦਿੰਦੇ, ਤੁਸੀਂ ਡੇਲੀ ਲੈ ਕੇ ਆਉਂਦੇ ਕੁਝ ਨਾ ਕੁਝ ਖਾਣੇ ਨੂੰ, ਕਦੇ ਕਦੇ ਡੇਲੀ ਲੈ ਆਉਂਦੇ, ਦੇਖ ਲਾ ਜੀ ਅੱਗੇ ਨੂੰ ਕਰਨਾ, ਕਰ ਲੈਂਦੇ ਥੋੜ੍ਹਾ ਜਿਹਾ, ਅੰਦਰ ਦੇਖੀ, ਉੱਪਰ ਦੇਖੀ, ਉੱਪਰ ਲਗਾ, ਠੀਕ ਆ, ਸੱਟ ਮਾਰਨੀ ਮੈਨੇ ਪਿੱਛੇ ਥੋੜ੍ਹੀ ਜਿਹੀ ਇਹਨੂੰ, ਲਾ ਦੇ ਪੇਜ, ਸਾਰੇ ਪੇਜ ਲਾ ਦੇ, ਕਬਜ਼ੇ ਦੋਵੇਂ ਪੱਲਿਆਂ ਦੇ ਇਕੱਠਿਆਂ ਦੇ ਗਾਲ ਲਏ ਆਪਾਂ ਨੇ, ਇੱਧਰ ਨਿਸ਼ਾਨ ਲਾ ਕੇ ਪਹਿਲਾਂ ਇੱਧਰ ਲਾਉਂਦਾ ਪੇਜ ਭਰ ਦਿੰਦੇ ਇਹਨੂੰ, ਅਤੇ ਉਹਦੇ ਬਾਅਦ ਇੱਧਰ ਨਿਸ਼ਾਨ ਲਾ ਕੇ ਇੱਧਰ ਪੱਲਾ ਲਾਉਣਾ ਹੈ, ਉਹਦੇ ਬਾਅਦ ਫਿਰ ਲੈ ਲੂੰਗੇ ਕਮਰਾ ਇੱਧਰ ਨਾਲ ਵਾਲਾ, ਸ਼ਾਇਦ ਨਾਲ ਵਾਲਾ, ਉਹਦੇ ਪੱਲੇ ਡਾਟ ਬਣੇ ਆ, ਉਹ ਪਰਾਂ ਰਹਿੰਦੇ ਕਿਸੇ ਦੇ ਕੰਮ ਲੱਗੇ ਸਨ, ਉੱਧਰ ਰਹਿੰਦਾ ਉਹ ਕਰਨੇ ਨੂੰ ਪੱਲੇ ਡਾਟ, ਉਹ ਰਹਿੰਦੇ ਕਬਜ਼ੇ ਗਾਲਣੇ ਨੂੰ ਪੇਜ ਲਾਉਣੇ, ਲਓ ਬਈ ਇੱਧਰ ਵਾਲਾ ਪੱਲਾ ਵੀ ਹੋ ਗਿਆ, ਇੱਧਰ ਵਾਲਾ ਵੀ ਹੋ ਗਿਆ, ਬਾ ਪੇਜ ਭਾਨੇ ਇਹਦੇ, ਇੱਕ ਇੱਕ ਪੇਜ ਮਾਰ ਕੇ ਦੇਖ ਲੈਣਾ ਪਹਿਲਾਂ, ਬਾ ਪੇਜ ਪੱਕੇ ਕਰਦਾ ਰਹਿੰਦਾ, ਲੈ ਫਿਟਿੰਗ ਬਾਅਦ 'ਚ ਲਾਉਂਗੇ ਇਹਨੂੰ ਇਕੱਠਿਆਂ ਨੂੰ, ਫਿਟਿੰਗ ਲਾ ਦੀ ਨਹੀਂ ਨਾਲੇ, ਹੈ ਨਹੀਂ ਨਾ ਫਿਟਿੰਗ, ਚੱਲ ਇੱਦਾਂ ਹੀ ਲਾ ਦਿੰਦੇ ਪਹਿਲਾਂ, ਬਾਅਦ 'ਚ ਲਾਉਂਦੇ ਫਿਰ ਇਕੱਠੇ, ਪਰਾਂ ਵਾਲੀ ਖਿੜਕੀਆਂ ਤਾਂ ਡਟੀਆਂ ਵੀ ਦੀਆਂ,
ਆਹ ਰਹਿੰਦੀਆਂ ਹਜੇ ਆਹ ਵੀ ਪਈਆਂ ਦੋ ਖਿੜਕੀਆਂ ਇੱਧਰ ਇਹ ਪਰ ਨਾਲ ਵਾਲੇ ਕਮਰੇ ਦੀਆਂ ਪਰਾਂ ਵਾਲੀ ਸਾਈਡ ਅਤੇ ਇੱਧਰ ਦੀਆਂ ਦੋ ਖਿੜਕੀਆਂ ਇੱਧਰ ਟੱਟੀਆਂ ਵੀ ਦੀਆਂ ਅਤੇ ਦੋ ਪਰਾਂ ਵਾਲੀ ਸਾਈਡ ਤੀਆਂ ਉਹ ਪਰਾਂ ਪਰਾਂ ਜਿਹੜਾ ਕਮਰਾ ਨਾ ਜਿਹਦੇ ਕੰਮ ਲੱਗੇ ਹੋਣ ਡਿਜ਼ਾਇਨ ਜਿਹੇ ਲੱਗੇ ਪੱਲਿਆਂ ਨੂੰ ਪਾਉਣਾ ਦੋ ਖਿੜਕੀ ਉੱਧਰ ਟੱਟੀਆਂ ਵੀ ਦੋ ਇੱਧਰ ਦੀਆਂ ਨਾਲ ਵਾਲੇ ਕਮਰੇ ਦੇ ਅਤੇ ਦੋ ਆ ਗਿਆ ਆ ਰਹੀਆਂ ਵਾ ਦੋ ਅਤੇ ਦੋ ਪਰਾਂ ਵਾਲੀ ਰਹਿ ਗਈਆਂ ਮੈਂ ਇਹਨਾਂ ਨੂੰ ਡੱਟਦੇ ਆ ਉਹਦੇ ਬਾਅਦ ਨਾਲੇ ਕਬਜ਼ੇ ਗਲ ਕੇ ਨਾਲੇ ਲਾ ਦੂੰਗੇ ਉਹਨੂੰ ਨਹੀਂ ਪਹਿਲਾਂ ਡਾਟ ਲੈਂਦੇ ਇਹਨੂੰ ਚਾਰੇ ਖਿੜਕੀਆਂ ਨੂੰ ਆ ਵੀ ਅਤੇ ਨਾਲ ਨਾਲ ਹੀ ਇਕੱਠੇ ਕਬਜ਼ੇ ਲਾ ਦੂੰਗੇ ਹੈਲੋ ਆਣਾ ਨਹੀਂ ਇੱਧਰ ਹਰੰਦਾ ਲੈ ਕੇ ਆਉਂਦਾ ਚੱਕ ਕੇ ਉੱਧਰ ਤਾਂ ਖੁੰਡਾ ਪਿਆ ਤਾ ਇਹ ਹੁਣ ਤਿੱਖਾ ਕਰਿਆ ਅਤੇ ਹੁਣ ਚੜ੍ਹਾਉਂਦੇ ਪੱਲੇ ਪਹਿਲਾਂ ਜਦੋਂ ਪਰਥੇ ਲੈ ਕੇ ਗਏ ਤਾਂ ਨਾ ਦੋ ਵੱਟੇ ਪੱਲਾ ਜਿਹੜਾ ਦੇ ਲਿਆਣਾ ਪੱਲਾ ਖੁੰਡਾ ਪਿਆ ਤਾ ਪੱਲਾ ਨੇ ਬਹੁਤ ਤੰਗ ਕਰਿਆ ਇਹਨੇ ਅਤੇ ਬਲੇਡ ਖੁੰਡੇ ਪਏ ਤਾਂ ਗੋਟੀ ਉਰੇ ਪਈ ਤੀ ਆ ਇਹਦੀ ਅਤੇ ਤਾਂ ਕਰਕੇ ਖੋਲਿਆ ਬਲੇਡ ਦੇਖਿਆ ਕਰੇ ਅਤੇ ਹੁਣ ਪੱਲੇ ਚੜ੍ਹਾਉਂਦੇ ਨਿਸ਼ਾਨ ਨਿਸ਼ੂਨ ਲਾ ਕੇ ਫੜ ਦੂੰਗਾ ਪੱਲਾ ਤੂੰ ਮੈਂ ਫੜਾਂ ਨਿਸ਼ਾਨ ਲਾਊਂਗਾ ਤੂੰ ਲੈ ਮੈਂ ਫੜਦਾ ਪੱਲਾ ਤੂੰ ਨਿਸ਼ਾਨ ਲਾ ਬਾਹਰ ਦੇ ਇੱਧਰ ਵਾਲੇ ਦੋਵੇਂ ਪੱਲੇ ਹੋ ਗਏ ਆਪਣੇ ਅਤੇ ਕਬਜ਼ੇ ਰਹਿ ਗਏ ਤੇ ਗਾਲਣੇ ਨੂੰ ਅਤੇ ਨਾਲ ਵਾਲੇ ਜਿਹੜਾ ਕਮਰਾ ਉਹਦੇ ਲੋਕ ਲੱਗਿਆ ਵਾ ਉਹਦਾ ਸਮਾਨ ਸਮੂਨ ਪਹਿਲਾਂ ਬਿਜਲੀ ਵਾਲਾ ਵਿੱਕੀ ਚਾਬੀ ਲੈਣ ਗਿਆ ਅਤੇ ਉਹਦੇ ਪੱਲੇ ਵੀ ਨਾਲੇ ਡੱਟ ਦਿੰਦੇ ਆ ਅਤੇ ਇਕੱਠਿਆਂ ਨੂੰ ਕਬਜ਼ੇ ਗਾਲ ਦੂੰਗੇ ਇਹਨਾਂ ਨੂੰ ਅਤੇ ਜਿਹੜੇ ਉੱਤੇ ਅਗਲਾ ਦੂਆ ਕਮਰਾ ਹੈ ਮਤਲਬ ਇਹ ਕਮਰਾ ਦੀਆ ਕਮਰਾ ਜਿਹੜਾ ਉਹਦੇ ਪੱਲੇ ਡਾਟੇ ਵੀ ਸ਼ਾਇਦ ਉਹਦੇ ਕਬਜ਼ੇ ਲੁਕਣੇ ਆ ਅਤੇ ਤਿੰਨਾਂ ਨੂੰ ਕਬਜ਼ਿਆਂ ਨੂੰ ਇਕੱਠਿਆਂ ਨੂੰ ਲਾ ਦੂੰਗਾ ਇਹਨਾਂ ਨੂੰ ਪਹਿਲਾਂ ਡੱਟਣ ਵਾਲਾ ਕੰਮ ਨਿਬੇੜ ਦਿੰਦੇ ਆ ਆਹ ਤਾਂ ਹੋ ਗਏ ਵੀ ਦੋਵੇਂ ਪੱਲੇ ਬਸ ਵਿੱਕੀ ਆ ਜਾਵੇ ਚਾਬੀ ਲਿਆ ਆਵੇ ਉਹਦੇ ਬਾਅਦ ਚੜ੍ਹਾਉਂਦੇ ਵੀ ਉੱਧਰ ਨੂੰ ਬੋਰਡ ਹੈਗਾ ਉੱਧਰ ਬਾਰ ਅੰਦਰ ਲੈ ਕੇ ਜਾਣ ਚੱਕ ਕੇ ਮਿਲ ਗਈ ਚਾਬੀ ਇੱਧਰ ਵਾਲਾ ਪੱਲਾ ਖੋਲਿਆ ਇੱਥੇ ਗਾਇਬ ਹੋ ਪਿਆ ਵਾ ਸਮਾਨ ਦਾ ਦੇਖੋ ਪੂਰੇ ਚੜ੍ਹਦੇ ਪੱਲੇ ਜਿੱਥੇ ਸੀਟ 'ਚ ਲਾਈ ਵੀ ਨਾ ਦੋ ਸੀਟਾਂ ਅਲਵਾਰੀ ਸਾਈਡ ਹੋਣੀਆਂ ਬਾਈ ਨੂੰ ਕਿਹਾ ਵੀ ਮਾੜਾ ਜਗ੍ਹਾ ਸਾਫ਼ ਕਰਾ ਦੇ ਅਤੇ ਜਦ ਤੱਕ ਅਸੀਂ ਉੱਧਰ ਵਾਲੇ ਕਬਜ਼ੇ ਗਾਲ ਲੈਂਦੇ ਇਹਨਾਂ ਨੂੰ ਬਾਅਦ 'ਚ ਡੱਟ ਦੂੰਗੇ ਫਿਰ ਜਾਂ ਜਗ੍ਹਾ ਹੀ ਸਾਫ਼ ਹੋ ਜੂੰਗੀ ਸਮਾਨ ਬਹੁਤ ਪਿਆ ਵਾਲਾ ਤਾਂ ਠੀਕ ਆ ਉਹ ਅੰਦਰ ਲੱਗਦਾ ਪੱਲਾ ਉਹਦੇ ਇਹਨੂੰ ਕਹਿੰਦਾ ਲਾ ਕੇ ਦੇਖ ਲਿਆ ਪੇਜ ਭਰ ਦੇਣਾ ਸਾਰੇ ਤਾਂ ਬਾਹਰ ਨਿਕਲਣਾ ਪੱਲਾ ਥੋੜ੍ਹਾ ਜਿਹਾ ਲਓ ਬਈ ਆ ਵੀ ਹੋਵੇ ਦੋਹੇ ਪੱਲੇ ਅਤੇ ਬਾਕੀ ਹੁਣ ਲੰਚ ਟਾਈਮ ਹੋ ਗਿਆ ਆਪਣਾ ਰੋਟੀ ਖਾਣੀ ਹੁਣ ਆਪਾਂ ਨੇ ਜਿਹੜੇ ਪਰਾਂ ਵਾਲੇ ਦੋ ਪੱਲੇ ਰਹਿ ਗਏ ਉਹਨੂੰ ਲੰਚ ਤੋਂ ਬਾਅਦ ਚੜ੍ਹਾਉਂਗੇ ਫਿਰ ਆ ਵੀ ਪੌੜੀ ਤੋੜਤੀ ਇਹਨਾਂ ਨੇ ਸਾਰੀ ਜਿਹੜੇ ਆਪਾਂ ਨੂੰ ਮੰਦਦੇ ਆਹ ਹੈਗੀ ਹੈ ਜੇ ਆ ਤਾਂ ਤੋੜਤੀ ਵੀ ਸਾਰੀ ਆਹ ਲੱਗ ਗਏ ਪੱਲੇ ਪਹਿਲਾਂ ਉੱਪਰ ਵਾਲੀ ਬਿਲਡਿੰਗ ਉਹ ਕੰਮ ਕਰਿਆ ਤਾ ਇਹ ਫਸਟ ਫਲੋਰ ਆ ਥੱਲੇ ਵਾਲਾ ਗਰਾਊਂਡ ਫਲੋਰ ਉੱਧਰ ਵੀ ਹੋਇਆ ਗਿਆ ਵਾ ਸਾਰਾ ਕੰਮ ਹੋ ਗਏ ਪੱਲੇ ਸਾਰੇ ਮੈਂ ਇਹਨਾਂ ਨੇ ਕਬਜ਼ੇ ਗਾਲ ਕੇ ਦੇਈ ਜਾਣੇ ਅਸੀਂ ਪੇਜ ਮਾਰੀ ਜਾਊਂਗੇ ਜਗਾਠਾਂ ਪਰ ਜਗਾਠਾਂ ਲੋਹੇ ਦੀਆਂ ਨਾ ਇਹ ਬਿੱਟ ਪੇਜ ਲੈਣੇ ਬਸ ਇਹਨਾਂ ਨੂੰ
ਇੱਕ ਪੱਲੇ ਦੇ ਟੇਪ ਪੱਟੀ ਵੀ ਕਰ ਵਧ ਗਈ ਮਿਲ ਗਿਆ ਬੇਟਾ ਮਿਲ ਗਿਆ ਬੇਟਾ ਮਾੜੇ ਮਾੜੇ ਪੇਜ ਤੱਕ ਕਹਿੰਦੇ ਜੇ ਨਹੀਂ ਜਾਂਦੇ ਥੋੜ੍ਹੀ ਜਾ ਕੇ ਤੇ ਇਸੇ ਨਾਲ ਸੱਟ ਮਾਰਦੇ ਕਰ ਜ਼ੋਰ ਨਾ ਮਾਰੇ ਕਰ ਇੰਨਾ ਫ੍ਰੀ ਹੋ ਜਾਂਦਾ ਪੇਜ ਫਿਰ ਪੇਮੈਂਟ ਨਹੀਂ ਮਿਲੀ ਜੀ ਕਿੰਨੀ ਲਿਆਂਦੀ ਹੈ ਸਾਰਿਆਂ ਦੇ ਚਾਹ ਜੇ ਪਵਾ ਲੈਂਦਾ ਹੈਲੋ ਆਪਣੇ ਮੂੰਹ ਕੋਲ ਨੂੰ ਕਰ ਲੈਟ ਲੈਟ ਕਰੀਏ ਆਪਣੇ ਮੂੰਹ ਕੋਲ ਨੂੰ ਬਣੀ ਲੈਟ ਪਾ ਦੇ ਇੱਧਰ ਦੇ ਇੱਧਰ ਦੇ ਪਾ ਦੇ ਹੋ ਹੋ ਲੈਟ ਆ ਗਈ ਕਿੰਨਾ ਖੁਸ਼ ਹੁੰਦੀ ਹੈ ਨਾ ਇਹ ਹੈਲੋ ਹੈਲੋ ਪਾਪਾ ਕਿੱਥੇ ਤੇਰਾ ਪਾਪਾ